स्वागत है सारे का अपने यूट्यूब चैनल से। अज की वीडियो के भाव आप विखावे दो वैड़ा जिहड़ियां बकाऊ आ फॉर सेल आ। इन्हां दे विच एक एच एफ ते एक जिहड़ी पंजाब वाली जर्सी रहूगी जिहड़ी कि सूई हुई आ। दोवें वैड़ा जिहड़ियां बहुत ही चंगीआं ते साफ सुथरीआं वैड़ा। जिहड़े भरा वीडियो नूं पहली बारी देख रहे हो कृपा करके यूट्यूब चैनल नूं सबसक्राइब कर लिओ ते घंटी दा बटन नप के ऑल ते क्लिक कर लिओ तां कि आउण वाली हरेक वीडियो दा नोटिफिकेशन जिहड़ा तुहाडे तक पहुँचदा रहे। आ जाओ फिर पुछदे आ भाई तों डिटेल। भाई सति श्री अकाल। सति श्री अकाल जी। ਬਈ ਨਾਂ ਤੇ ਪਿੰਡ ਦੱਸ ਦੋ ਆਪਣਾ। ਨਾਂ ਜੱਸੀ ਆ ਬਈ, ਪਿੰਡ ਬੋਟਲ ਮਾ, ਜ਼ਿਲ੍ਹਾ ਮਾਨਸਾ। ਜ਼ਿਲ੍ਹਾ ਮਾਨਸਾ, ਤਹਿਸੀਲ ਵੀ ਮਾਨਸਾ ਨਾ ਬਈ? ਤਹਿਸੀਲ ਵੀ ਮਾਨਸਾ। ਇੱਕ ਆਪਣਾ ਫੋਨ ਨੰਬਰ ਬੋਲਦੇ ਬਈ। 7872908942 ਬਈ। 7872908942 ਫੋਨ ਨੰਬਰ ਬਾਈ ਦਾ, ਸਕਰੀਨ ਤੇ ਵੀ ਚਲਾਵਾਂਗੇ ਜੀ। ਤੇ ਦੋ ਨਾਂ ਪਕਾਊ ਆ ਬਈ ਅੱਜ? ਦੋ ਆ ਬਈ। ਠੀਕ ਆ। ਇਹ ਬੈਡ ਜਿਹੜੀ ਸੂਈ ਹੋਈ ਆ ਬਈ ਚਰਸੀ, ਹੈ ਹਾਂ ਇਹ ਤੀਜਾ ਦਿਨ ਆ ਬਈ ਅੱਜ ਸੂਈ ਨੂੰ। ਠੀਕ ਆ। ਹਾਂ ਠੰਡੀ ਸੀਰਾ ਜਿਵੇਂ ਮਰਜ਼ੀ ਬੈਠਾ ਰੱਖੋ ਨਹੀਂ ਕਹਿੰਦੀ। ਤੀਜਾ ਦਿਨ ਸੂਈ ਨੂੰ ਆ ਤੇ ਪੂਰੀ ਠੰਡੀ ਸੀਲਾ ਦੇਖ ਸਕਦੇ ਹੋ ਤੁਸੀਂ। ਠੰਡ ਹਵਾਨੇ ਦੀ ਬਾਂਦਰ ਚੈੱਕ ਕਰ ਲਓ ਇੱਕ ਵਾਰੀ ਖੜੀ ਦੀ। ਹਵਾਨਾ ਹਵੂਨਾ ਬਹੁਤ ਸੋਹਣਾ ਬਣਾਇਆ ਬੈਠਣੇ ਤੇ, ਥਣਾ ਥੁਣਾ ਦੀ ਬਹੁਤ ਸਾਫ਼ ਆ ਦੇਖ ਸਕਦੇ ਹੋ ਤੁਸੀਂ। ਬਹੁਤ ਸੋਹਣਾ ਥਣ ਲੱਗਿਆ ਹੋਇਆ, ਥਣਾ ਹਵਾਨੇ ਦੀ ਬਹੁਤ ਸਾਫ਼ ਬੈਠ ਆ। ਇੱਕ ਵਾਰੀ ਬੋਡੀ ਬਾਂਦਰ ਦੀ ਚੈੱਕ ਕਰ ਸਕਦੇ ਹੋ ਤੁਸੀਂ। ਤੋਰ ਕੇ ਵੀ ਦਿਖਾਵਾਂਗੇ ਤੁਹਾਨੂੰ, ਫੇਸ ਕੁਆਲਿਟੀ ਦੇਖ ਲਓ ਅੱਗੋਂ। ਲੈ ਤੋਰ ਦੇ ਬਾਈ, ਪੰਜਾਬ ਵਾਲੀ ਜਰਸੀ ਹੈ ਬਾਈ ਹੈ ਨਾ? ਪੰਜਾਬ ਵਾਲੀ ਜਰਸੀ। ਠੀਕ ਹੈ ਜੀ, ਪੰਜਾਬ ਵਾਲੀ ਜਰਸੀ ਹੈ ਅਤੇ ਹਵਾਨੇ ਹਵੂਨੇ ਦੀ ਬਾਂਦਰ ਦੇਖੋ ਤੁਸੀਂ। ਹਵਾਨਾ ਹਵੂਨਾ ਬਹੁਤ ਚੰਗਾ ਤਿਆਰ ਕਰਿਆ ਗਾਈ ਨੇ, ਦੇਖੋ ਬਹੁਤ ਜ਼ਿਆਦਾ ਸੋਹਣਾ ਹਵਾਨਾ। ਠੀਕ ਆ ਬਾਈ ਦੇ ਦੱਸਣ ਮੁਤਾਬਕ ਜਿਹੜੀ ਪੂਰੀ ਠੰਡੀ ਸੀਲ ਆ ਦੇਖ ਸਕਦੇ ਹੋ ਤੁਸੀਂ। ਠੀਕ ਆ ਬਾਈ, ਅਤੇ ਛਣ ਥੁਣ ਬਹੁਤ ਸੋਹਣਾ ਲੱਗਾ ਜੀ ਬੱਚੀ ਨੂੰ, ਦੇਖ ਸਕਦੇ ਹੋ ਤੁਸੀਂ। ਠੀਕ ਆ ਬਾਈ, ਲੈ ਵੀ ਤੁਰਦੀ ਨੂੰ ਚੈੱਕ ਕਰ ਲਓ। ਹਵਾਨਾ ਹਵੂਨਾ ਬਹੁਤ ਸੋਹਣਾ ਤਿਆਰ ਕਰਿਆ ਬੱਚੀ ਨੇ। ਦੂਜਾ ਸੂਆ ਸੂਈ ਹੋਈ ਆ ਇਸ ਵਾਰ ਤੇ, ਤਿੰਨ ਦਿਨਾਂ ਹੀ ਸੂਈ ਆ ਬਾਈ, ਹੈ ਮਗਰ ਬੱਚਾ ਕੀ ਆ? ਬੱਚਾ ਬਾਈ, ਮਗਰ ਬੱਚਾ, ਬੱਚਾ ਜੀ ਦੇਖ ਸਕਦੇ ਹੋ ਤੁਸੀਂ। ਤੇ ਇਸ ਟਾਈਮ ਦੁੱਧ ਦੀ ਗੱਲ ਕਰੀਏ ਬਾਈ, ਦੁੱਧ ਕਿੰਨਾ ਕੁ ਤਿਆਰ? 12-13 ਲੀਟਰ ਤਿਆਰ ਆ। 12-13 ਲੀਟਰ ਦੁੱਧ ਹੁਣ ਤਿਆਰ ਆ? ਠੀਕ ਆ, ਦੋ ਟਾਈਮ ਅਗਲੇ ਨੂੰ ਚਵਾ ਕੇ ਦੇ ਦੇਵਾਂਗੇ। ਠੀਕ ਆ, ਤੇ ਕਿੰਨਾ ਕੁ ਦੇ ਦੂ ਬਾਈ ਆਈਡੀਆ ਆਪਣਾ ਕੋਈ? ਪਹਿਲਾਂ ਨੇ ਬਾਈ ਨੇ 16-17 ਕਿਲੋ ਦਿੱਤਾ, ਇਹਦੇ ਕੀ ਪਲੱਸ ਕਰ ਦੂਗੀ 18-19 ਕਿਲੋ ਦੁੱਧ ਦੇ ਦੂ। ਠੀਕ ਆ, ਮਤਲਬ 17-18 ਖੁੱਲਾ ਦੇਊ ਇਸ ਵਾਰ ਵੀ? ਜਮਾ ਖੁੱਲਾ ਬਾਈ। ਠੀਕ ਆ, ਤੇ ਅੱਗੇ ਇਹਦਾ ਰੇਟ ਕੀ ਰੱਖਾਂਗੇ ਬਾਈ ਫਿਰ ਆਪਾਂ? ਇਹਦਾ ਰੇਟ ਬਾਈ 67,000 ਰੁਪਏ। 67,000 ਰੁਪਇਆ? ਹਾਂ ਬਾਈ। ਠੀਕ ਆ, ਹੋਜੂ ਮਾਨਤਾਨ 67 ਜੋ ਬਾਈ? ਹੋਜੂ ਬਾਈ ਮਾਨਤਾਨ। ਹਾਂ ਠੀਕ ਆ, ਅਤੇ ਅੱਗੇ ਦੋ ਨੰਬਰ 'ਤੇ ਆ ਗਈ ਜੀ ਐਚ ਐਫ। ਐਚ ਐਫ 'ਚ ਦੇਖ ਸਕਦੇ ਹੋ ਤੁਸੀਂ ਬੈਡ, ਗੱਬਣ ਬੈਡ ਆ, ਸੂਨ ਦੇ ਦਿਨ ਹਜੇ ਰਹਿੰਦੇ ਆ। ਡਿਟੇਲ ਆਪਾਂ ਬਾਈ ਤੋਂ ਪੁੱਛ ਲਾਂਗੇ। ਬੈਡ ਬਹੁਤ ਚੰਗੀ ਆ ਦੇਖ ਸਕਦੇ ਹੋ ਤੁਸੀਂ, ਪ੍ਰਿੰਟ ਪ੍ਰੁੰਟ ਬਹੁਤ ਸੋਹਣਾ, ਫੇਸ ਕੁਆਲਿਟੀ ਦੇਖ ਸਕਦੇ ਹੋ ਖੜੀ ਦੀ, ਅਤੇ ਬੋਡੀ ਢਾਂਚੇ ਦੀ ਵੀ ਚੰਗੀ ਆ ਬੈਡ, ਫਲੀ ਫੁਲੀ ਆ ਚੰਗੀ। ਤੋਰ ਕੇ ਵੀ ਵਿਖਾਵਾਂਗੇ ਤੁਹਾਨੂੰ, ਡਿਟੇਲ ਆਪਾਂ ਬਾਈ ਤੋਂ ਪੁੱਛ ਲੈਂਦੇ ਹਾਂ। ਤੇ ਕੀ ਡਿਟੇਲ ਆ ਬਾਈ ਇਹਦੀ ਫਿਰ? ਇਹ ਦੂਜਾ ਸੂਆ ਬਾਈ। ਦੂਜਾ ਸੂਆ ਇਸ ਵਾਰ ਸੂਗੀ? ਇਸ ਵਾਰ ਸੂ ਮੂੰਹੋਂ ਛੇ ਜਾਂਦਾ ਬਾਈ, ਮੂੰਹੋਂ ਛੇ ਜਾਂਦਾ। ਤੇ ਪਹਿਲੇ ਸੂਏ ਦਾ ਕੋਈ ਦੁੱਧ ਰਿਕਾਰਡ ਬਾਈ ਇਹਦਾ? ਦੁੱਧ ਨੇ ਪਹਿਲਾਂ ਨੇ ਬਾਈ 26 ਕਿਲੋ ਦੁੱਧ ਦਿੱਤਾ। ਪਹਿਲੇ ਸੂਏ 26 ਲੀਟਰ ਦੁੱਧ ਦਿੱਤਾ? ਅਗਲੇ ਤੋਂ ਚਵਾ ਕੇ ਵੀ ਦਿੱਤੇ ਸੂ ਵੀ? ਹਾਂ ਬਾਈ, ਚਵਾ ਕੇ ਵੀ ਦੇ ਦਾਂਗੇ ਆਪਾਂ। ਠੀਕ ਆ ਬਾਈ, ਤੇ ਹੁਣ ਦਿਨ ਕਿੰਨੇ ਬਾਕੀ ਆ ਬਾਈ ਇਹਦੇ? 10 ਦਿਨ ਪਿਆ ਬਾਈ, 10 ਦਿਨ ਬਾਕੀ ਹੈ। ਤੇ ਦੂਜਾ ਸੂਆ ਸੁਣਾ ਹੀ ਦੇਖ ਸਕਦੇ ਹੋ ਤੁਸੀਂ, ਤੇ ਤੋਰ ਕੇ ਵੀ ਦਿਖਾਉਂਦੇ ਹਾਂ ਤੁਹਾਨੂੰ, ਤੋਰ ਦੇ ਬਾਈ। ਥਾਣਾ ਸੀਮਨ ਵੀ ਬਈ, ਸਨੋਮੈਨ ਦਾ ਲੱਗਿਆ ਹੋਇਆ, ਸੈਕਸਡ ਨਹੀਂ, ਨਾਨ ਸੈਕਸਡ ਲੱਗਿਆ ਹੋਇਆ। ਠੀਕ ਹੈ, ਕਿਹੜਾ ਸੀਮਨ ਲੱਗਿਆ ਬਈ? ਸਨੋਮੈਨ ਦਾ ਬਈ, ਸਨੋਮੈਨ ਦਾ, ਸਨੋਮੈਨ ਦਾ ਸੀਮਨ ਲੱਗਿਆ ਹੋਇਆ ਜੀ। 10 ਦਿਨ ਬਾਕੀ ਆ ਸੂਨ ਦੇ। ਥਾਣਾ ਹਵਾਨੇ ਦੀ ਬਾਂਦਰ ਚੈੱਕ ਕਰ ਲਓ ਤੁਸੀਂ ਬੱਚੀ ਜੀ, ਹਵਾਨਾ ਹਵੂਨਾ ਬਹੁਤ ਸੋਹਣਾ ਤਿਆਰ ਕਰੇਗਾ ਬੈਡ ਨੇ। ਅਤੇ ਅੱਗੇ 10 ਦਿਨ ਪਏ ਨੇ, ਹੋਰ ਵੀ ਬਹੁਤ ਚੰਗਾ ਬਣਾਉਣਾ, ਦੇਖ ਸਕਦੇ ਹੋ ਤੁਸੀਂ। ਫੇਸ ਫੂਸ ਕੁਆਲਿਟੀ ਵੀ ਦੇਖ ਸਕਦੇ ਹੋ, ਪ੍ਰਿੰਟ ਪ੍ਰੁੰਟ ਚੰਗਾ ਬੱਚੀ ਦਾ। ਅਤੇ ਥਾਣਾ ਹਵਾਨੇ ਦੀ ਬਾਂਦਰ ਦੇਖ ਲਓ, ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਵਾਵਾਂਗੇ, ਇੱਕ ਵਾਰੀ ਤੁਰਦੀ ਤੇ ਨਿਗਾਹ ਮਾਰ ਲਓ। ਹਵਾਨਾ ਹੋਰ ਵੀ ਬਹੁਤ ਤਿਆਰ ਕਰਨਾ ਬੱਚੀ ਨੇ, ਹਜੇ ਢਿੱਲ ਢੁੱਲ ਠੰਡੀ ਸੀਲ ਆ ਪੂਰੀ, ਢਿੱਲ ਢੁੱਲ ਬਹੁਤ ਪਈ ਆ ਹਵਾਨੇ ਦੀ, ਅਤੇ ਚੰਗੀ ਬਣਨਾ ਬੱਚੀ ਨੇ ਹਜੇ ਹੋਰ ਵੀ। ਅਤੇ ਰੇਟ ਇਹਦਾ ਜਾਇਜ਼ਾ ਫਿਰ ਕੀ ਰੱਖਾਂਗੇ ਬਾਈ? ਰੇਟ ਬਾਈ ਮੁੱਲ ਤਾਂ 1-5 ਕਰਦੇ ਹਾਂ। ਠੀਕ ਆ ਬਾਈ, 95,000 ਦੀ ਬੱਚੀ ਦੇ ਦਾਂਗੇ। 95,000 ਦੀ ਹੋ ਜੂ, ਮਤਲਬ 95,000 ਛੋਟੀ ਨਹੀਂ ਹੈਗੀ ਕੋਈ, 20 ਰੁਪਏ ਇੱਕ ਛੋਟੀ ਆ, ਮੇਰਾ ਹੇਠ ਕੱਦ ਦੇਖ ਲਓ, ਬੱਚੀ ਦਾ ਦੇਖ ਲਓ। ਠੀਕ ਆ ਬਾਈ, ਅਤੇ ਹੋਰ ਵੀ ਹੋ ਜੂ ਮਾਨਤਾਨ ਬਾਈ 95,000? ਹੋ ਜੂ ਬਾਈ, ਬਾਹਲਾ ਪ੍ਰੋਬਲਮ ਨਹੀਂ ਹੋਣਾ। ਠੀਕ ਆ ਬਾਈ, ਅਤੇ ਲੈ ਭਰਾ ਇਹ ਦੋਵੇਂ ਬੈੜਾਂ ਵਿਕਰੀ ਵਾਲੀਆਂ ਸੀ ਜਿਹੜੀਆਂ ਤੁਹਾਨੂੰ ਦਿਖਾਈਆਂ ਵੀਡੀਓ ਦੇ ਵਿੱਚ। ਦੋਨਾਂ ਦੇ ਵਿੱਚੋਂ ਜੇ ਕੋਈ ਵੀ ਬੈੜ ਕਿਸੇ ਭਰਾ ਦੇ ਪਸੰਦ ਆਉਂਦੀ ਹੋਈ ਤਾਂ ਇੱਕ ਵਾਰੀ ਸੰਪਰਕ ਜ਼ਰੂਰ ਬਣਾ ਲਿਓ,
बैड़ा बाई दी दोवी चंगिया। ये जी जर्सी है सूई हुई है 3 दिन की, चंगा दुध तैयार आ, तो ये हजे 10 दिन बाकी ने। वीडियो देखने सारे भरावान का धन्यवाद जी।